तो मैं थोड़ा साथी गुरनाम सिंह मैसमपुरी, जिवें तुहानूं पता ही है वी कि आपां अज महतपुर दे विच खूनदान कैंप लाया होया शहीद भगत सिंह राजगुरू सुखदेव जी दी याद विच। सो आपां गल्लबात करांगे मेरे साथी नवदीप सिंह जी परजियां कलां तों, जिहड़े स्पैशल तौर ते अपने पंज साथियां समेत खूनदान करन आए है। सो वीर जी, किवें लग रिहा तुहानूं कैंप विच आ के, की महसूस करदे हो? सर, बहुत वधिया लग रिहा वा। हर साल खूनदान करीदा वा ते अपने आप नूं बहुत वधिया फील हुंदा वा, किसे दे काम आउंदा वा जी। ਅਤੇ ਕਿੰਨੀ ਵਾਰ ਤੁਸੀਂ ਖੂਨਦਾਨ ਕਰ ਚੁੱਕੇ ਹੋ? ਐਕਚੁਅਲੀ ਕੋਈ 15 ਤੋਂ 20 ਟਾਈਮ। ਹੋਰ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਵੀ ਖੂਨਦਾਨ ਆਪਾਂ ਨੂੰ ਕਰਨਾ ਚਾਹੀਦਾ? ਸਰ, ਸਾਰਿਆਂ ਨੂੰ ਇਹੀ ਵੀ ਮਨੋ ਦਿਲੋਂ ਮੇਰੀ ਇਹ ਤਮੰਨਾ ਵਾ ਕਿ ਹਰੇਕ ਨੂੰ ਹੀ ਖੂਨਦਾਨ ਕਰਨਾ ਚਾਹੀਦਾ, ਕਿਸੇ ਨਾ ਕਿਸੇ ਦੇ ਕੰਮ ਆਉਂਦਾ ਵਾ। ਜੀ ਬਿਲਕੁਲ। ਸੋ ਜਿਵੇਂ ਆਪਾਂ ਜੀ ਆਪਾਂ ਸ਼ਹੀਦਾਂ ਦਾ ਦਿਨ ਅੱਜ 23 ਮਾਰਚ ਹੈ, ਅੱਜ ਤੁਸੀਂ ਖੂਨਦਾਨ ਕੀਤਾ ਇਸ ਦਿਨ 'ਤੇ, ਇਹਨੂੰ ਤੁਸੀਂ ਕੀ ਐਕਸਪਲੇਨ ਕਿਵੇਂ ਕਰਨਾ ਚਾਹੋਗੇ? ਦੇਖੋ ਜੀ, ਉਹਨਾਂ ਦੀ ਯਾਦ ਵਿੱਚ ਜੇ ਤੁਸੀਂ ਆਹ ਜੋ ਕੈਂਪ ਲਾਇਆ ਵਾ, ਇੱਦਾਂ ਦਾ ਤਾਂ ਉਪਰਾਲਾ ਹਰੇਕ ਨੂੰ ਕਰਨਾ ਚਾਹੀਦਾ ਸਰ। ਸੋ ਇਸ ਤਰ੍ਹਾਂ ਦੇ ਉਪਰਾਲੇ ਹਰੇਕ ਮਨੁੱਖ ਨੂੰ ਕਰਨੇ ਚਾਹੀਦੇ ਆ, ਇਹ ਸਾਡੇ ਸਾਥੀ ਨਵਦੀਪ ਸਿੰਘ ਜੀ ਕਹਿ ਰਹੇ ਆ। ਸੋ ਮੈਂ ਆਪਣੇ ਵੀਰ ਦਾ ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਵੀ ਹਰੇਕ ਕੈਂਪ ਵਿੱਚ ਇਸੇ ਤਰ੍ਹਾਂ ਖੂਨਦਾਨ ਕਰਨਗੇ। ਬਹੁਤ ਬਹੁਤ ਧੰਨਵਾਦ। ਇਨਕਲਾਬ ਜਿੰਦਾਬਾਦ।